ਪਿਛਲੇ ਦਿਨੀ ਕੈਨੇਡਾ ਦੇ ਥੰਡਰਵੇ ਹਾਈਵੇ ਨੰਬਰ 11 ਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਪੰਜਾਬੀ ਨੌਜਵਾਨਾਂ ਦੇ ਮ੍ਰਿਤਕ ਸਰੀਰਾਂ ਦੀ ਸ਼ਨਾਖਤ ਕਰਨ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰ ਭਾਰਤ ਤੋਂ ਕੈਨੇਡਾ ਜਾਣਗੇ, ਜਿਨ੍ਹਾਂ ਦੇ ਵੀਜ਼ੇ ਸਬੰਧੀ ਕੈਨੇਡਾ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਜੋ ਕਿ ਇਸ ਸਮੇਂ ਕੈਨੇਡਾ ਵਿਖੇ ਹਨ, ਅਜੀਤ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਅੱਜ ਬਹੁਤ ਹੀ ਅਫਸੋਸ ਨਾਲ ਗੱਲ ਦੱਸਣੀ ਪੈਣ ਰਹੀ ਹੈ ਕਿ ਜਿਹੜੇ ਦੋ ਸਾਡੇ ਪੰਜਾਬ ਦੇ ਨੌਜਵਾਨ ਵੀਰ ਪ੍ਰਦੇਸ਼ਾਂ 'ਚ ਰੋਜ਼ੀ ਰੋਟੀ ਖਾਤਰ ਗਏ ਸੀ, ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਲੱਗੇ ਸੀ, ਕਰਮਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ, ਗ੍ਰੰਥਗੜ੍ਹ ਦੇ ਅਤੇ ਬਡਾਲੇ ਜੌਲ ਦੇ, ਉਹਨਾਂ ਦਾ ਟਰੱਕ ਐਕਸੀਡੈਂਟ ਦੇ ਵਿੱਚ ਜਿਹੜੀ ਬਹੁਤ ਹੀ ਦਰਦਨਾਕ ਮੌਤ ਹੋਈ ਹੈ, ਉਹਦੇ ਅਫਸੋਸ ਵਾਸਤੇ ਉਹਨਾਂ ਦੇ ਦੋਸਤਾਂ ਦੇ ਕੋਲ ਪਹੁੰਚੇ, ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਨਾਲ ਅੱਜ ਸਾਰੇ ਬੜੇ ਗਮਗੀਨ ਮਾਹੌਲ 'ਚ ਮਿਲੇ ਨੇ। ਔਰ ਇਹ ਜਿਹੜੀ ਦੁਰਘਟਨਾ ਹੋਈ ਆ, ਇਹ ਦੋਵੇਂ ਟਰੱਕ ਜਿਹੜੇ ਆ ਉਹ ਬਲਾਸਟ ਹੋ ਗਏ ਆ, ਸੜ ਗਏ ਆ, ਵਿੱਚ ਹੀ ਉਹਨਾਂ ਦੀ ਡੈੱਡ ਬੋਡੀ ਜਿਹੜੀਆਂ ਉਹ ਸੜ ਗਈਆਂ ਨੇ। ਔਰ ਉਹਦੇ ਵਾਸਤੇ ਹੁਣ ਇੱਥੋਂ ਦੀ ਗੌਰਮੈਂਟ ਨੇ ਲਿਖ ਕੇ ਦੇਣਾ ਕਿ ਉਹ ਆਈਡੈਂਟੀਫਾਈ ਨਹੀਂ ਹੋ ਰਹੀਆਂ, ਇਸ ਕਰਕੇ ਪਰਿਵਾਰ ਜਿਹੜੇ ਆ ਉਹ ਇੱਥੇ ਆਉਣਗੇ ਉਹਨਾਂ ਦੇ ਪਰਿਵਾਰਾਂ ਦੇ ਵੀਜ਼ੇ ਵਾਸਤੇ। ਇੱਥੋਂ ਦੇ ਮੈਂਬਰ ਪਾਰਲੀਮੈਂਟ ਹੈ ਜਿਹੜੀ ਉਸ ਏਰੀਏ ਦੀ ਰੂਬੀ ਸੋਤਾ ਜੀ, ਮਨਿੰਦਰ ਸਿੱਧੂ ਜੀ, ਕਮਲ ਜਿਹੜੇ ਖਹਿਰਾ ਜੀ ਨੇ, ਪਲੱਸ ਸਾਂਘਾ ਸਾਹਿਬ, ਇਹਨਾਂ ਸਾਰਿਆਂ ਨਾਲ ਕੱਲ੍ਹ ਮੀਟਿੰਗ ਹੋਈ ਸੀ ਔਰ ਸਾਰਿਆਂ ਨੇ ਇਹੀ ਇਹ ਗੱਲ ਦਾ ਵਿਸ਼ਵਾਸ ਦਵਾਇਆ ਕਿ ਅਸੀਂ ਉਹਨਾਂ ਦੇ ਵੀਜ਼ੇ ਜ਼ਰੂਰ ਕਰਵਾ ਕੇ ਦੇਵਾਂਗੇ। ਔਰ ਜਿਹੜੇ ਉਹਨਾਂ ਦੇ ਦੋਸਤ ਨੇ ਉਹ ਕੋਸ਼ਿਸ਼ ਕਰਕੇ ਉਹਨਾਂ ਦੀ ਹਰ ਮਦਦ ਕਰਨ ਵਾਸਤੇ ਵਿਚਾਰੇ ਸਾਰੇ ਖੜ੍ਹੇ ਨੇ, ਸਾਰੇ ਕੰਮ ਕਾਰ ਛੱਡ ਕੇ ਬੈਠੇ ਨੇ। ਪ੍ਰਦੇਸ਼ਾਂ 'ਚ ਆ ਤਾਂ ਜਾਈਦਾ, ਪਰ ਜਦੋਂ ਇਹੋ ਜਿਹੇ ਦਰਦਨਾਕ ਹਾਦਸੇ ਵਾਪਰਦੇ ਨੇ, ਜਿਵੇਂ ਕਿ ਦੋਵੇਂ ਪਰਿਵਾਰ ਦੇ ਜੀ ਤਕਰੀਬਨ ਕਹਿ ਲਓ ਵੀ ਇਕੱਲੇ ਇਕੱਲੇ ਮੁੰਡੇ ਸੀ, ਇੱਕ ਤਾਂ ਜਿਹੜਾ ਬਡਾਲੇ ਜੋਲ ਉਹਦਾ ਇੱਕ ਭਰਾ ਆ, ਉਹਦੇ 'ਤੇ ਪੈਰਲਾਈਜ਼ ਹੋਇਆ ਜਮਾਂਦਰੂ ਹੀ, ਇੱਕ ਉਹਦੀ ਭੈਣ ਆ, ਅਤੇ ਆਰਥਿਕ ਤੌਰ 'ਤੇ ਵੀ ਜਿਹੜਾ ਬਡਾਲੇ ਜੋਲ ਦਾ ਗੁਰਪ੍ਰੀਤ, ਉਹਦੀ ਹਾਲਤ ਬਹੁਤ ਮਾੜੀ ਹੈ ਕਿ ਦੋ ਕਮਰੇ ਨੇ ਵਿਚਾਰੇ ਦੀ ਜ਼ਮੀਨ ਸਾਰੀ ਗਹਿਣੇ ਕਰਕੇ ਗਿਆ ਸੀ, ਭੈਣ ਦਾ ਵਿਆਹ ਰੱਖਿਆ ਸੀ, ਅਤੇ ਗੁਰਪ੍ਰੀਤ ਦਾ ਜਿਹੜਾ ਵੀ ਪਰਿਵਾਰ ਆ ਕਰਮਵੀਰ ਦਾ, ਉਹ ਵੀ ਇਕੱਲਾ ਇਕੱਲਾ ਹੈ, ਭੈਣ ਹੈ ਇੱਕ, ਔਰ ਉਹਨਾਂ ਦਾ ਵੀ ਬਦਲਾਵ ਬਹੁਤ ਜ਼ਿਆਦਾ ਹੈ। ਪਰ ਜਿਵੇਂ ਜਿਵੇਂ ਲਿਖੀ ਹੈ ਕਹਿ ਸਕਦੇ ਹਾਂ, ਪਰ ਇਹ ਦਰਦਨਾਕ ਘਟਨਾਵਾਂ ਜਿਹੜੀਆਂ ਹਾਈਵੇ 11 ਇੱਥੇ ਪਹਿਲਾਂ ਵੀ ਬਹੁਤ ਹੋਈਆਂ ਨੇ। ਮੈਂ ਹੁਣ ਇਹਦੇ ਵਾਸਤੇ ਕੈਨੇਡੀਅਨ ਗੌਰਮੈਂਟ ਨੂੰ ਵੀ ਅਸੀਂ ਲਿਖਾਂਗੇ ਜ਼ਰੂਰ, ਔਰ ਐਮ ਪੀ ਸਾਹਿਬਾਨ ਨਾਲ ਮੈਂ ਗੱਲ ਕੀਤੀ ਹੈ ਵੀ ਇਹ ਹਾਈਵੇ ਵੱਡਾ ਕਿਉਂ ਨਹੀਂ ਹੁੰਦਾ, ਕਿਉਂਕਿ ਇਹ ਸਿੰਗਲ ਹਾਈਵੇ ਹੈ, ਕਰੀਬ 1400-1500 ਕਿਲੋਮੀਟਰ ਲੰਬਾ, ਔਰ ਇਹਦੇ 'ਤੇ ਅੱਜ ਕੱਲ੍ਹ ਜਿਹੜੇ ਬਹੁਤੇ ਪੁਰਾਣੇ ਡਰਾਈਵਰ ਉਹ ਤਾਂ ਨਹੀਂ ਜਾਂਦੇ, ਪਰ ਵਿਚਾਰੇ ਜਿਹੜੇ ਥੋੜ੍ਹੇ ਥੋੜ੍ਹੇ ਸਮੇਂ ਲਈ ਹੋਇਆ ਆਇਆਂ ਨੂੰ ਆਪਣੀ ਜ਼ਿੰਦਗੀ ਦਾ ਜਿਉਣ ਵਾਸਤੇ, ਔਰ ਉਹ ਰਿਸਕ ਲੈ ਕੇ ਵਰਕ ਪਰਮਿਟ ਦੇ ਉੱਤੇ ਇਹਨਾਂ ਹਾਈਵੇ ਦੇ ਉੱਤੇ ਚਲੇ ਜਾਂਦੇ ਆ, ਕਿਉਂਕਿ ਉਹਨੂੰ ਸਮਝਦੇ ਨੇ ਕਿ ਅਸੀਂ ਜ਼ਿੰਦਗੀ ਵਧਾਉਣੀ ਆ ਅੱਗੇ, ਔਰ ਪੈਸੇ ਚਾਰ ਉਹਦੇ 'ਤੇ ਵੜਦੇ ਨੇ, ਪਰ ਉਹਦੇ 'ਤੇ ਖਤਰਾ ਵੀ ਬਹੁਤ ਜ਼ਿਆਦਾ ਹੈ। ਬਰਫ ਇਸ ਵੇਲੇ ਪੂਰੀ ਸੜਕ ਜਿਹੜੀ ਆ ਉਹ ਜੰਮੀ ਹੁੰਦੀ ਆ, ਸੋ ਇਹ ਵੀ ਉਸੇ ਜੰਮੀ ਹੋਈ ਬਰਫ ਦੇ ਕਾਰਨ ਹੀ ਹੋਇਆ, ਕਿਉਂਕਿ ਟਰੱਕ ਜਦੋਂ ਸਕਿੱਡ ਹੋਇਆ ਉਹ ਇੱਕ ਸਾਈਡ ਹੋ ਗਿਆ, ਸਾਹਮਣਾ ਟਰੱਕ ਸਿੱਧਾ ਆ ਕੇ ਵੱਜ ਗਿਆ। ਪਰ ਦੁੱਖ ਦੀ ਗੱਲ ਹੈ ਕਿ ਇੰਨੇ ਵਿਕਸਿਤ ਦੇਸ਼ਾਂ ਦੇ ਵਿੱਚ ਵੀ 12-14 ਕਿਲੋਮੀਟਰ ਸਿੰਗਲ ਹਾਈਵੇ ਆ, ਇਹ ਓਨਟਾਰੀਓ ਤੋਂ ਵਿਨੀਪੈਗ ਨੂੰ ਜਾਂਦਾ ਹੈ ਕਰੀਬ, ਔਰ ਸਾਰੀ ਟ੍ਰੈਫਿਕ ਇਸ ਹਾਈਵੇ ਦੇ ਉੱਤੇ ਹੈ।